श्री कृष्ण सुदामा लंगर सेवा सोसायटी वालों लगातार करफ्यू दौरान लंगर की सेवा की जा रही है। उन्होंने वालों ये लंगर बठिंडा के जनता नगर में मुहैया करवाया जाता है। इस मद्देनजर रखते हुए जनता नगर वासियों वालों पूरे श्री कृष्ण सुदामा लंगर सेवा सोसायटी की टीम ते समूह पत्रकारों को सम्मानित किया गया और सोसायटी के मैंबरों वालों हर एक मजबूर व्यक्ति की पुकार सुनी गई। इस मौके पर राज नंबरदार जी, संजीव जिंदल बॉबी जी, संदीप हैपी, रविंदर बिट्टू, मक्खन ठेकेदार, अजय गर्ग ते इन्हां दे होर साथी मौजूद सन। जे तो ये अपना करफ्यू लगे उसी दिन तो असी इस जनता नगर की सानू कमिश्नर साहब म्यूनसिपल कारपोरेशन की ड्यूटी है बंड बंड लगी हुई है अड्डो अड्डी जहाँ सर सरदार मनप्रीत सिंह जी फाइनेंस मिनिस्टर पंजाब उन्होंने दिनों साड़ी ड्यूटी लगी है भी है तुसी भाई अपने शहर के अंदर कोई भुखा ना सोवे सारे ही वार्डों के सब दियाँ अड्ड अड्ड ड्यूटियां लगिया जिमें कि मेरे को 8 वार्ड है एवं जिमें टीम सारिया लगिया हुई हैं सारे मेरे वीर सब सेवा कर रहे हैं तनदरी साढ़े बठिंडे के अंदर कोई भुखा नहीं सौ रहा। यह जी करोना की बीमारी है मैं झोली अड के परमात्मा मूहरे अरदास करदा ਵੀ ਇਹ ਸਾਰੀ ਦੁਨੀਆਂ 'ਚੋਂ ਖਤਮ ਹੋ ਜਾਵੇ। ਬਠਿੰਡਾ ਹੀ ਤਾਂ ਖਤਮ ਹੈਗਾ ਜੀ। ਇਹ ਕੈਪਟਨ ਅਮਰਿੰਦਰ ਸਿੰਘ ਜੀ ਅਤੇ ਆਪਣਾ ਸਰਦਾਰ ਮਨਪ੍ਰੀਤ ਸਿੰਘ ਜੀ ਬਾਦਲ ਉਹਨਾਂ ਦੀ ਕਿਰਪਾ ਸਦਕਾ ਬਠਿੰਡੇ 'ਚ ਅਜੇ ਤੱਕ ਅਸੀਂ ਬਚੇ ਹਾਂ ਪਰ ਮਾਲਕ ਸਾਨੂੰ ਅਜੇ ਵੀ ਗਾਹਾਂ ਵੀ ਬਚਾਊਗਾ ਇਹ ਕਰੋਨਾ ਦੀ ਬਿਮਾਰੀ ਤੋਂ। ਸੋ ਇੰਨਾ ਹੀ ਮੈਂ ਕਹਿਣਾ ਚਾਹੁੰਦਾ ਵੀ ਪਰਮਾਤਮਾ ਸਾਡੇ ਸਾਰਿਆਂ 'ਤੇ ਮਿਹਰ ਭਰੇ ਹੱਥ ਰੱਖੇ ਪੂਰੀ। ਜਿਹੜਾ ਲੰਗਰ ਵਰਤ ਰਿਹਾ ਹੈਗਾ ਉਹ ਜਨਤਾ ਨਗਰ ਵਾਲਿਆਂ ਨੇ ਅੱਜ ਸਾਰੀ ਟੀਮ ਨੂੰ ਬੜਾ ਸਨਮਾਨਿਤ ਕੀਤਾ। ਇਹ ਸਾਰਾ ਜਿਹੜਾ ਸਨਮਾਨਿਤ ਹੈ ਇਹ ਮਨਪ੍ਰੀਤ ਸਿੰਘ ਬਾਦਲ ਵੱਲੋਂ ਹੈ ਕਿ ਉਹਨਾਂ ਦਾ ਸਾਡੇ 'ਤੇ ਆਸ਼ੀਰਵਾਦ ਹੈਗਾ। ਜਦੋਂ ਤੱਕ ਲੋਕਡਾਊਨ ਰਹੂਗਾ ਇਹ ਲੰਗਰ ਜਨਤਾ ਨਗਰ ਦੇ ਵਿੱਚ ਜਨਤਾ ਨਗਰ ਵਾਸੀਆਂ ਨੂੰ ਪਹੁੰਚਦਾ ਰਹੂਗਾ ਅਤੇ ਸਾਡੇ ਕੋਲ ਜਿਹੜਾ ਵੀ ਕੋਈ ਲੰਗਰ ਲੈਣ ਆਊਗਾ ਉਹਨੂੰ ਲੰਗਰ ਮਿਲੂਗਾ। ਜਨਤਾ ਨਗਰ ਦਾ ਕੋਈ ਵੀ ਬੰਦਾ ਭੁੱਖਾ ਨਹੀਂ ਸੌਗਾ। ਇਹ ਮਨਪ੍ਰੀਤ ਸਿੰਘ ਬਾਦਲ FM ਸਾਹਿਬ ਦਾ ਸਾਡੇ 'ਤੇ ਆਸ਼ੀਰਵਾਦ ਹੈ ਅਤੇ ਪੂਰੇ ਪ੍ਰਸ਼ਾਸਨ ਦਾ ਸਾਡੇ 'ਤੇ ਆਸ਼ੀਰਵਾਦ ਹੈ ਜੋ ਸਾਡੇ ਸਾਰੇ ਵਰਕਰ ਤਨ ਮਨ ਧਨ ਨਾਲ ਸੇਵਾ ਕਰ ਰਿਹਾ। ਮੈਂ ਮਨਪ੍ਰੀਤ ਸਿੰਘ ਬਾਦਲ ਦਾ FM ਸਾਹਿਬ ਦਾ ਧੰਨਵਾਦ ਕਰਦਾ ਹਾਂ। ਥੈਂਕ ਯੂ, ਧੰਨਵਾਦ। ਜਿਸ ਦਿਨ ਤੋਂ ਲੋਕਡਾਊਨ ਹੋਇਆ ਹੈ ਉਸ ਦਿਨ ਤੋਂ ਅਸੀਂ ਜਨਤਾ ਨਗਰ ਦੀ ਸੇਵਾ ਨਿਭਾ ਰਹੇ ਹਾਂ। ਜਨਤਾ ਨਗਰ ਵਾਲਿਆਂ ਦਾ ਬਹੁਤ ਵਾਰ ਕਹਿੰਦੇ ਸੀ ਤੁਹਾਡਾ ਸਨਮਾਨ ਕਰਨਾ ਵੀ ਤੁਸੀਂ ਸਾਨੂੰ ਰੋਟੀ ਖਵਾ ਕੇ ਜਾਂਦੇ ਹੋ, ਟਾਈਮ ਕੱਢਦੇ ਹੋ, ਸਾਰਾ ਦਿਨ ਸਵੇਰੇ ਸ਼ਾਮ ਸਾਡੇ ਕੋਲ ਰਹਿੰਦੇ ਹੋ, ਅਸੀਂ ਤੁਹਾਨੂੰ ਇੱਕ ਆਪਦਾ ਹੌਸਲਾ ਅਫਜ਼ਾਈ ਕਰਨਾ ਤੁਹਾਡਾ। ਅਸੀਂ ਸੀ ਵੀ ਸਾਨੂੰ ਇਹ ਜੋ ਡਿਊਟੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਜੀ ਨੇ ਲਾਈ ਹੈ ਵੀ ਕੋਈ ਬੰਦਾ ਭੁੱਖਾ ਨਾ ਸੋਵੇ, ਅਸੀਂ ਤਾਂ ਉਹਨਾਂ ਦੇ ਦਿਸ਼ਾ ਨਿਰਦੇਸ਼ 'ਤੇ ਚੱਲ ਰਹੇ ਹਾਂ ਅਤੇ ਸਾਡਾ ਮਨ ਸੀ ਵੀ ਅਸੀਂ ਮੰਤਰੀ ਜੀ ਨੂੰ ਲੈ ਕੇ ਜਾਵਾਂਗੇ ਪਰ ਮੰਤਰੀ ਜੀ ਥੋੜ੍ਹਾ ਜਿਹਾ ਰੁਝੇਵਿਆਂ ਕਰਕੇ ਬਿਜ਼ੀ ਸੀ, ਇਹ ਕੰਪੈਲ ਕਰ ਰਹੇ ਸੀ ਤਾਂ ਅਸੀਂ ਤਾਂ ਕਰਕੇ ਇਹਨਾਂ ਕੋਲ ਗਏ ਸੀ ਵੀ ਨਾਲੇ ਰੋਟੀ ਖਵਾਵਾਂਗੇ ਨਾਲੇ ਸਾਡਾ ਉਹਨਾਂ ਨੇ ਹੌਸਲਾ ਅਫਜ਼ਾਈ ਕੀਤਾ। ਇੱਕ ਮਾਤਾ ਹੀ ਨਹੀਂ ਸੀ, ਉਹਨਾਂ ਨੇ ਵੀ ਤੁਹਾਨੂੰ ਬਹੁਤ ਆਸ਼ੀਰਵਾਦ ਦਿੱਤੇ ਤੇ ਬੋਬੀ ਵੱਲੋਂ ਕਹਿੰਦੇ ਸਾਨੂੰ 2 ਟਾਈਮ ਰੋਟੀ ਮਿਲਦੀ। ਕਿੰਨਾ ਗਰੀਬ ਬੰਦੇ ਦੇ ਅੰਦਰ ਉਹਨਾਂ ਦਾ ਆਸ਼ੀਰਵਾਦ ਲੈ ਮਿਲਣ ਵਾਲੀ ਗੱਲ ਹੈ। ਉਹਨਾਂ ਨੇ ਆਸ਼ੀਰਵਾਦ ਦਿੱਤਾ ਜੋ ਕਿ ਇੱਕ ਮਾਂ ਪਿਓ ਹੀ ਦੇ ਸਕਦਾ ਅਤੇ ਉਹ ਉਹਨਾਂ ਨੇ ਜਿਹੜਾ ਆਸ਼ੀਰਵਾਦ ਦਿੱਤਾ ਉਹ ਪਰਮਾਤਮਾ ਦੀ ਕਚਹਿਰੀ ਦੇ ਵਿੱਚ ਪਤਾ ਲੱਗੂਗਾ ਕੀ ਉਹਦਾ ਫਲ ਹੈ, ਕੀ ਉਹਨਾਂ ਨੇ ਦਿੱਤਾ ਅਤੇ ਅਸੀਂ ਆਪਦੀ ਦਿਲੋਂ ਸੇਵਾ ਨਿਭਾ ਰਹੇ ਹਾਂ। ਉਹ ਬਜ਼ੁਰਗ ਹੈ, ਮਾਂ ਪਿਓ ਦੀ ਇੱਕ ਫੀਲਿੰਗ ਹੁੰਦੀ ਹੈ ਵੀ ਮੈਂ ਆਪਦੀ ਔਲਾਦ ਨੂੰ ਆਸ਼ੀਰਵਾਦ ਦੇਵਾਂ, ਉਹ ਬਜ਼ੁਰਗਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ, ਮੈਂ ਉਹ ਸਿਰ ਮੱਥੇ ਹੈ, ਝੋਲੀ 'ਚ ਹੈ, ਦਿਲ 'ਚ ਹੈ, ਬਹੁਤ ਵੱਡੀ ਗੱਲ ਹੈ ਮੇਰੇ ਵਾਸਤੇ, ਬਹੁਤ ਮਾਣ ਦੀ ਗੱਲ ਹੈ ਮੇਰੇ ਵਾਸਤੇ।